ਵਾਹਿਗੁਰੂ ਤੇ ਵਿਸ਼ਵਾਸ ਤਾਂ ਆਪਾਂ ਕਰ ਲੈਂਦੇ ਹਾਂ, ਪਰ ਵਿਸ਼ਵਾਸ ਪੱਕਾ ਬਣਾਉਣਾ ਆਪਣੇ ਲਈ ਬਹੁਤ ਔਖਾ। ਇਸ ਦੇ ਲਈ ਸਾਨੂੰ ਸਦੀਆਂ ਲੱਗ ਜਾਂਦੀਆਂ ਨੇ ਤੇ ਜਿਸ ਦੇ ਕਾਰਨ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਦੁੱਖ ਆਉਣ ਲੱਗ ਜਾਂਦੇ ਨੇ। ਜਦੋਂ ਸੁੱਖ ਆਉਂਦੇ ਨੇ ਤਾਂ ਆਪਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ, ਪਰ ਜਦੋਂ ਦੁੱਖ ਆਉਂਦੇ ਨੇ ਤਾਂ ਵਾਹਿਗੁਰੂ ਨੂੰ ਕੋਸਣ ਲੱਗ ਜਾਂਦੇ ਹਾਂ ਕਿ ਹੇ ਵਾਹਿਗੁਰੂ, ਤੂੰ ਤਾਂ ਸਾਡੀ ਸੁਣਦਾ ਹੀ ਨਹੀਂ ਹੈ ਤੇ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੇ ਕੇ ਜਾਂਦੇ। ਅਜਿਹੀ ਇੱਕ ਕਹਾਣੀ ਹੈ ਮਨੀਸ਼ਾ ਤੇ ਉਸਦੇ ਪਤੀ ਦੀ, ਜੋ ਕਿ ਇੱਕ ਪਿੰਡ ਦੇ ਵਿੱਚ ਇਕੱਲੇ ਰਹਿੰਦੇ ਸੀ। ਨਾ ਉਹਨਾਂ ਦਾ ਘਰ ਸੀ ਨਾ ਬਾਰ ਸੀ, ਬਸ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ ਸੀ। ਪਰ ਲੋਕਾਂ ਦੁਆਰਾ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਮਿਹਨਤ ਬਹੁਤ ਕਰਦੇ ਨੇ ਤੇ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਬਹੁਤ ਕਰਦੇ ਨੇ। ਮਨੀਸ਼ਾ ਹਰ ਸਮੇਂ ਮਿਹਨਤ ਵਿੱਚ ਵਿਸ਼ਵਾਸ ਰੱਖਦੀ ਸੀ ਤੇ ਵਾਹਿਗੁਰੂ ਦਾ ਨਾਮ ਜਪਣਾ ਕਦੇ ਨਹੀਂ ਭੁੱਲਦੀ ਸੀ। ਸੋ ਸਾਧ ਸੰਗਤ ਜੀ, ਅੱਜ ਦੀ ਇਸ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਕਰਦੇ ਹਾਂ ਮਨੀਸ਼ਾ ਦੀ। ਮਨੀਸ਼ਾ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਹਿਣ ਵਾਲੀ ਕੁੜੀ ਸੀ ਤੇ ਉਸ ਤੋਂ ਬਾਅਦ ਉਸਦਾ ਵਿਆਹ ਛੋਟੇ ਜਿਹੇ ਗਰੀਬ ਘਰ ਦੇ ਮੁੰਡੇ ਨਾਲ ਹੀ ਹੋ ਜਾਂਦਾ। ਉਸਦਾ ਨਾਮ ਰਮੇਸ਼ ਹੁੰਦਾ। ਸੁਣਨ ਨੂੰ ਤਾਂ ਨਾਮ ਹਿੰਦੂਆਂ ਵਾਲੇ ਲੱਗ ਰਹੇ ਨੇ, ਪਰ ਇਹ ਦੋਨੇ ਸਿੱਖ ਪਰਿਵਾਰ ਦੇ ਬੱਚੇ ਸੀ। ਸਿੱਖ ਪਰਿਵਾਰ ਦੇ ਹੋਣ ਕਰਕੇ ਦੋਨਾਂ ਦਾ ਹੀ ਵਾਹਿਗੁਰੂ ਦੇ ਵਿੱਚ ਬਹੁਤ ਵਿਸ਼ਵਾਸ ਸੀ। ਸਵੇਰ ਸ਼ਾਮ ਗੁਰਦੁਆਰਾ ਸਾਹਿਬ ਜਾਂਦੇ ਤੇ ਗੁਰੂ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਸੀ। ਦੋਨੇ ਕਿਰਾਏ ਦੇ ਘਰ ਦੇ ਵਿੱਚ ਆਪਣਾ ਰਹਿਣ ਬਸੇਰਾ ਕਰਕੇ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਬਤੀਤ ਕਰਦੇ ਸੀ। ਉਹਨਾਂ ਨੂੰ ਕਦੇ ਨਹੀਂ ਲੱਗਦਾ ਸੀ ਕਿ ਸਾਡੇ ਤੇ ਕੋਈ ਦੁੱਖ ਹੈ, ਪਰ ਉਹਨਾਂ ਦੀ ਜ਼ਿੰਦਗੀ ਬਹੁਤ ਹੀ ਦੁੱਖਾਂ ਭਰੀ ਸੀ। ਨਾ ਘਰੇ ਘਰ ਬਾਰ ਸੀ, ਨਾ ਹੀ ਪੈਸਾ ਸੀ, ਨਾ ਜ਼ਿਆਦਾ ਕੰਮ ਕਾਰ ਸੀ। ਉਸਦਾ ਪਤੀ ਪਿੰਡ ਤੋਂ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਤੁਰ ਕੇ ਜਾਂਦਾ ਸੀ ਤੇ ਉੱਥੇ ਕੰਮ ਕਾਰ ਕਰਦਾ ਸੀ। ਉਸਦੀ ਕੋਈ ਜ਼ਿਆਦਾ ਤਨਖਾਹ ਵੀ ਨਹੀਂ ਸੀ। ਮਨੀਸ਼ਾ ਵੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਤੇ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੀ। ਉਹਨਾਂ ਦਾ ਇੱਕੋ ਹੀ ਸੁਪਨਾ ਸੀ ਕਿ ਆਪਾਂ 5 ਸਾਲਾਂ ਦੇ ਵਿੱਚ ਆਪਣਾ ਘਰ ਬਣਾਉਣਾ। ਵਾਹਿਗੁਰੂ ਦੇ ਵਿੱਚ ਵਿਸ਼ਵਾਸ ਕਰਦੇ ਕਰਦੇ ਉਹ ਹਮੇਸ਼ਾ ਮਿਹਨਤ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਮਿਹਨਤ ਕਰਦੇ ਕਰਦੇ ਕਦੋਂ ਪੈਸੇ ਜੋੜਨ ਲੱਗ ਜਾਂਦੇ ਨੇ ਤੇ ਆਪਣੇ ਸੁਪਨੇ ਸਜਾਉਣ ਲੱਗ ਜਾਂਦੇ ਨੇ। ਪਰ ਇੱਕ ਖੁਸ਼ੀ ਦਾ ਮੋੜ ਤਾਂ ਉਦੋਂ ਆਉਂਦਾ ਹੈ ਜਦੋਂ ਮਨੀਸ਼ਾ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਸਦੇ ਘਰ ਇੱਕ ਪੁੱਤਰ ਜਨਮ ਜਾਂਦਾ ਹੈ। ਉਸ ਪੁੱਤਰ ਦੇ ਜਨਮ ਤੋਂ ਬਾਅਦ ਸਾਰੇ ਸਾਕ ਸੰਬੰਧੀ ਘਰੇ ਆਉਂਦੇ ਨੇ ਤੇ ਉਹਨਾਂ ਨੂੰ ਵਧਾਈਆਂ ਦੇਣ ਲੱਗ ਜਾਂਦੇ ਨੇ। ਸਾਰੇ ਕਹਿੰਦੇ ਨੇ ਕਿ ਤੁਹਾਨੂੰ ਤਾਂ ਵਾਹਿਗੁਰੂ ਨੇ ਆਪ ਪ੍ਰਕਾਸ਼ ਦਿੱਤਾ ਹੈ, ਵਾਹਿਗੁਰੂ ਤੁਹਾਡੇ ਘਰ ਦੇ ਵਿੱਚ ਖੁਦ ਆਏ। ਉਸ ਬੱਚੇ ਦੇ ਆਉਣ ਦੇ ਬਾਅਦ ਮੈਨੂੰ ਖੁਸ਼ੀਆਂ ਦਾ ਆਉਣਾ ਸ਼ੁਰੂ ਹੋ ਗਿਆ ਸੀ। ਖੁਸ਼ੀਆਂ ਹੀ ਖੁਸ਼ੀਆਂ ਸਾਰੇ ਪਾਸੇ ਫੈਲ ਰਹੀਆਂ ਸੀ, ਪਰ ਆਪਣਾ ਨਾ ਘਰ ਹੋਣ ਦਾ ਦੁੱਖ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਹੀ ਬਣਿਆ ਰਹਿੰਦਾ ਸੀ। ਮਨੀਸ਼ਾ ਕਦੇ ਕਦੇ ਇਸ ਦੁੱਖ ਦੇ ਵਿੱਚ ਰੋਣ ਵੀ ਲੱਗ ਜਾਂਦੀ ਸੀ ਤੇ ਕਹਿੰਦੀ ਸੀ ਕਿ ਮੇਰੇ ਪੁੱਤਰ ਨੂੰ ਕਿਰਾਏ ਦਾ ਘਰ ਹੀ ਨਸੀਬ ਹੋਇਆ। ਜਿਸ ਤੋਂ ਬਾਅਦ ਮਨੀਸ਼ਾ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਆਪਾਂ ਆਪਣਾ ਘਰ ਜ਼ਰੂਰ ਲਵਾਂਗੇ ਤੇ ਮੇਰਾ ਪੁੱਤਰ ਆਪਣੇ ਘਰ ਦੇ ਵਿੱਚ 5 ਸਾਲਾਂ ਬਾਅਦ ਜ਼ਰੂਰ ਜਾਏਗਾ। ਉਸਦਾ ਪਤੀ ਕਹਿੰਦਾ ਹੈ ਕਿ ਆਪਾਂ ਜਾਵਾਂਗੇ ਤਾਂ ਜ਼ਰੂਰ, ਪਰ ਇਸ ਦੇ ਵਿੱਚ ਬਹੁਤ ਮਿਹਨਤ ਲੱਗੂਗੀ। ਪਰ 2-3 ਦਿਨਾਂ ਬਾਅਦ ਹੀ ਮਨੀਸ਼ਾ ਦੇ ਘਰ ਵਾਲੇ ਦਾ ਜਨਮ ਦਿਨ ਹੁੰਦਾ ਤਾਂ ਮਨੀਸ਼ਾ ਕਹਿੰਦੀ ਹੈ ਕਿ ਤੁਸੀਂ ਹੁਣ ਆਪਣੇ ਲਈ ਸਕੂਟਰ ਲੈ ਲਓ, ਕਿਉਂਕਿ ਆਉਣਾ ਜਾਣਾ ਤਾਂ ਬਹੁਤ ਔਖਾ ਹੋ ਗਿਆ ਤੇ ਘਰ ਦੇ ਵਿੱਚ ਬੱਚਾ ਵੀ ਆ ਗਿਆ, ਇਸ ਦੇ ਲਈ ਵੀ ਸਾਧਨ ਹੋਣਾ ਬਹੁਤ ਜ਼ਰੂਰੀ ਹੈ। ਉਸਦਾ ਪਤੀ ਕਹਿੰਦਾ ਹੈ ਕਿ ਜੇਕਰ ਆਪਾਂ ਸਕੂਟਰ ਲਵਾਂਗੇ ਇਸ ਦੇ ਨਾਲ ਤਾਂ ਬਹੁਤ ਖਰਚਾ ਹੋ ਜਾਵੇਗਾ ਤੇ ਇਸ ਨਾਲ ਆਪਣੇ ਘਰ ਦਾ 6 ਮਹੀਨਿਆਂ ਦਾ ਕਿਰਾਇਆ ਜਾਵੇਗਾ। ਤਾਂ ਉਹ ਕਹਿੰਦੀ ਹੈ ਕੋਈ ਗੱਲ ਨਹੀਂ, ਤੁਸੀਂ ਰੋਜ਼ ਤੁਰ ਕੇ ਜਾਂਦੇ ਹੋ, ਮੈਨੂੰ ਚੰਗਾ ਨਹੀਂ ਲੱਗਦਾ। ਆਖਿਰ ਨੂੰ ਉਸਦੇ ਜਨਮ ਦਿਨ ਵਾਲਾ ਦਿਨ ਆ ਹੀ ਜਾਂਦਾ ਹੈ ਤੇ ਮਨੀਸ਼ਾ ਆਪਣੇ ਪਤੀ ਨੂੰ ਸਕੂਟਰ ਗਿਫਟ ਵਿੱਚ ਦਿੰਦੀ ਹੈ ਤੇ ਉਹ ਬਹੁਤ ਖੁਸ਼ ਹੁੰਦਾ।
ਪਰ ਕਹਿੰਦੇ ਨੇ ਜਦੋਂ ਰੱਬ ਦਾ ਭਾਣਾ ਵਰਤਣਾ ਹੁੰਦਾ ਹੈ ਤਾਂ ਦੁੱਖ ਆਪੇ ਆ ਜਾਂਦੇ ਹਨ। ਰਮੇਸ਼ ਦਾ ਇੱਕ ਦਿਨ ਅਚਾਨਕ ਹੀ ਐਕਸੀਡੈਂਟ ਹੋ ਜਾਂਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਮਨੀਸ਼ਾ ਘਰ ਦੇ ਵਿੱਚ ਇਕੱਲੀ ਰਹਿ ਜਾਂਦੀ ਹੈ ਤੇ ਇਹੀ ਸੋਚਦੀ ਹੈ ਕਿ ਮੇਰੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਉਹ ਸਦਮੇ ਦੇ ਵਿੱਚ ਹੁੰਦੀ ਹੈ ਤੇ ਨਾ ਹੀ ਉਸਦੀ ਅੱਖ ਦੇ ਵਿੱਚੋਂ ਹੰਝੂ ਨਿਕਲਦੇ ਨੇ। ਹੰਝੂ ਤਾਂ ਦੂਰ ਦੀ ਗੱਲ, ਉਹ ਇਹ ਸੋਚ ਵੀ ਨਹੀਂ ਸਕਦੀ ਕਿ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ ਤੇ ਉਸਦੀ ਮੌਤ ਹੋ ਗਈ ਹੈ। ਬਸ ਉਹ ਗੁੰਮਸੁੰਮ ਹੋਈ ਬੈਠੀ ਰਹਿੰਦੀ ਹੈ ਤੇ ਕੁਝ ਸਮਾਂ ਇਹੀ ਸੋਚਦੀ ਰਹਿੰਦੀ ਹੈ। ਹੁਣ ਉਸਦਾ ਬੱਚਾ ਵੀ 4 ਮਹੀਨਿਆਂ ਦਾ ਹੋ ਗਿਆ ਸੀ ਤੇ ਉਸਨੂੰ ਵੀ ਪਾਲਣ ਪੋਸ਼ਣ ਦੇ ਲਈ ਖਰਚਾ ਚਾਹੀਦਾ ਸੀ। ਪਰ ਮਨੀਸ਼ਾ ਹਿੰਮਤ ਨਹੀਂ ਹਾਰਦੀ ਤੇ ਨਾ ਹੀ ਲੋਕਾਂ ਦੀਆਂ ਗੱਲਾਂ ਸੁਣਦੀ ਹੈ। ਉਹ ਫਿਰ ਲੋਕਾਂ ਦੇ ਵਿੱਚ ਕੰਮ ਸ਼ੁਰੂ ਕਰ ਦਿੰਦੀ ਹੈ ਤੇ ਕੰਮ ਸ਼ੁਰੂ ਕਰਦੇ ਕਰਦੇ ਉਹ ਇਹੀ ਕਹਿੰਦੀ ਹੈ ਕਿ ਜਿਹੜਾ ਮੈਂ ਸੁਪਨਾ ਦੇਖਿਆ ਉਹਨੂੰ 5 ਸਾਲਾਂ ਦੇ ਵਿੱਚ ਜ਼ਰੂਰ ਪੂਰਾ ਕਰਾਂਗੀ। ਜਿਸਦੇ ਚੱਲਦੇ ਚੱਲਦੇ ਉਹ ਆਪਣੀ ਜ਼ਿੰਦਗੀ ਅੱਗੇ ਵਧਾਉਂਦੀ ਜਾਂਦੀ ਹੈ ਤੇ ਆਖਿਰ 5 ਸਾਲਾਂ ਬਾਅਦ ਉਹ ਦਿਨ ਆ ਹੀ ਜਾਂਦਾ ਹੈ ਜਦੋਂ ਆਪਣਾ 1 ਕਮਰੇ ਵਾਲਾ ਘਰ ਖਰੀਦ ਲੈਂਦੀ ਹੈ। ਅੱਜ ਉਸਨੇ ਆਪਣੇ ਪੁੱਤਰ ਨੂੰ ਲੈ ਕੇ ਆਪਣੇ ਘਰ ਵਿੱਚ ਜਾਣਾ ਸੀ ਤੇ ਸਾਰੇ ਇਹੀ ਕਹਿ ਰਹੇ ਸੀ ਕਿ ਪਰਮਾਤਮਾ ਦਾ ਨਾਮ ਲੈ ਕੇ, ਉਸ ਵਾਹਿਗੁਰੂ ਦਾ ਨਾਮ ਲੈ ਕੇ ਘਰ ਦੇ ਵਿੱਚ ਵਾਸ ਕਰੀ। ਜਿਸ ਤੋਂ ਬਾਅਦ ਮਨੀਸ਼ਾ ਆਪਣੀ ਜ਼ਿੰਦਗੀ ਵਧੀਆ ਬਤੀਤ ਕਰਨ ਲੱਗ ਜਾਂਦੀ ਹੈ ਤੇ ਉਸਦਾ ਪੁੱਤਰ ਵੀ ਹੁਣ ਵੱਡਾ ਹੋ ਜਾਂਦਾ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਕਾਲਜ ਦੇ ਵਿੱਚ ਜਾਂਦਾ ਹੈ ਤੇ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੁਝ ਸਮਾਂ ਘਰ ਦੇ ਵਿੱਚ ਵਿਹਲਾ ਬੈਠਾ ਰਹਿੰਦਾ। ਇਹ ਸਮਾਂ ਹਰ ਇੱਕ ਬੱਚੇ ਲਈ ਔਖਾ ਹੁੰਦਾ ਹੈ ਤੇ ਬੱਚੇ ਇਹੀ ਸੋਚਦੇ ਨੇ ਕਿ ਸਾਡਾ ਪਰਮਾਤਮਾ ਸਾਡੇ ਲਈ ਕੁਝ ਨਹੀਂ ਕਰ ਰਿਹਾ, ਪਰ ਉਹ ਪਰਮਾਤਮਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੱਚਿਆਂ ਨੂੰ ਪਰਖ ਰਿਹਾ ਹੁੰਦਾ ਹੈ। ਉਹ ਬੱਚਾ ਵੀ ਵਿਸ਼ਵਾਸ ਕਰਨਾ ਛੱਡ ਗਿਆ ਸੀ ਤੇ ਨਾ ਹੀ ਹੁਣ ਗੁਰਦੁਆਰਾ ਸਾਹਿਬ ਜਾਂਦਾ ਸੀ ਤੇ ਘਰ ਦੇ ਵਿੱਚ ਗੁੰਮਸੁੰਮ ਬੈਠਾ ਰਹਿੰਦਾ ਸੀ ਤੇ ਕਹਿੰਦਾ ਸੀ ਮੇਰੀ ਮਾਂ ਹੀ ਮੇਰਾ ਰੱਬ ਹੈ, ਮੇਰਾ ਹੋਰ ਕੋਈ ਵੀ ਰੱਬ ਨਹੀਂ ਹੈ। ਜੇ ਮੈਨੂੰ ਨੌਕਰੀ ਦੇਵੇਗੀ ਤਾਂ ਮੇਰੀ ਮਾਂ ਹੀ ਦੇਵੇਗੀ ਤੇ ਮਾਂ ਨੂੰ ਵੀ ਕਹਿ ਦਿੰਦਾ ਏ ਕਿ ਮਾਂ ਤੂੰ ਹੀ ਮੇਰੇ ਲਈ ਕੋਈ ਕੰਮ ਲੱਭ ਲੈ, ਪਰਮਾਤਮਾ ਤਾਂ ਮੈਨੂੰ ਕੋਈ ਕੰਮ ਤੇ ਨਹੀਂ ਲਾ ਰਿਹਾ। ਤਾਂ ਮਾਂ ਕਹਿੰਦੀ ਹੈ ਪੁੱਤ ਵਾਹਿਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ, ਵਾਹਿਗੁਰੂ ਇੱਕ ਨਾ ਇੱਕ ਦਿਨ ਜ਼ਰੂਰ ਦਿੰਦਾ ਹੈ, ਅਜਿਹਾ ਦਿਨ ਉਹ ਜ਼ਰੂਰ ਲਿਆਉਂਦਾ ਹੈ ਕਿ ਆਪਾਂ ਸੁੱਖਾਂ ਦੇ ਵਿੱਚ ਜ਼ਿੰਦਗੀ ਬਤੀਤ ਕਰ ਸਕੀਏ। ਇਸ ਦੇ ਨਾਲ ਹੀ ਉਸਨੂੰ ਦੱਸਿਆ ਜਾਂਦਾ ਹੈ ਕਿ ਪਿੰਡ ਤੋਂ ਬਾਹਰ ਇੱਕ ਮਹਾਤਮਾ ਰਹਿੰਦੇ ਨੇ ਜਿਨ੍ਹਾਂ ਦਾ ਕਿ ਗੁਰੂ ਦਾ ਵਿਸ਼ਵਾਸ ਬਹੁਤ ਹੁੰਦਾ ਹੈ। ਉਹ ਵਾਹਿਗੁਰੂ ਦਾ ਨਾਮ ਹੀ ਜਪਦੇ ਰਹਿੰਦੇ ਨੇ ਤੇ ਉਸ ਮਹਾਤਮਾ ਦੇ ਵਿੱਚ ਸ਼ਕਤੀਆਂ ਨੇ ਕਿ ਵਾਹਿਗੁਰੂ ਉਹਨਾਂ ਦੇ ਵਿੱਚ ਆਪ ਵਾਸ ਕਰਦੇ ਨੇ। ਤਾਂ ਉਹ ਆਪਣੇ ਪੁੱਤਰ ਦੀ ਮਨੋਕਾਮਨਾ ਲਈ ਉਹਨਾਂ ਕੋਲ ਜਾਂਦੀ ਹੈ ਤੇ ਕਹਿੰਦੀ ਹੈ ਕਿ ਹੇ ਮਹਾਤਮਾ ਜੀ, ਕਿ ਤੁਸੀਂ ਸਾਨੂੰ ਦੱਸੋ ਅਸੀਂ ਕਿਹੜਾ ਪਾਠ ਕਰੀਏ, ਕਿਹੜਾ ਨਾਮ ਜਪੀਏ ਜਿਸ ਦੇ ਨਾਲ ਸਾਡੇ ਪੁੱਤਰ ਦੀ ਨੌਕਰੀ ਲੱਗ ਜਾਵੇ। ਤਾਂ ਮਹਾਤਮਾ ਮਨੀਸ਼ਾ ਨੂੰ ਸਮਝਾਉਣ ਲੱਗ ਜਾਂਦੇ ਨੇ ਕਿ ਤੁਸੀਂ ਸਵੇਰ ਸ਼ਾਮ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਤੇ ਮੈਂ ਤੁਹਾਨੂੰ ਕੁਝ ਦੱਸਦਾ ਹਾਂ ਜਿਸ ਦੇ ਨਾਲ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ। ਉਹ ਕਹਿੰਦੇ ਨੇ ਥੋੜ੍ਹਾ ਸਮਾਂ ਹੀ ਬਾਕੀ ਹੈ, ਵਾਹਿਗੁਰੂ ਨੇ ਤੁਹਾਨੂੰ ਬਹੁਤ ਵੱਡੀਆਂ ਖੁਸ਼ੀਆਂ ਦੇਣੀਆਂ ਨੇ। ਪਰ ਜਦੋਂ ਉਹ ਬਾਹਰ ਜਾਂਦੀ ਹੈ ਤਾਂ ਉਸਦੇ ਘਰ ਦੇ ਬਾਹਰ ਇੱਕ ਵੱਡੀ ਲੋਕਾਂ ਦੀ ਲਾਈਨ ਲੱਗੀ ਹੁੰਦੀ ਹੈ ਤੇ ਉਹ ਲੋਕ ਉਸਦੇ ਮੁੰਡੇ ਲਈ ਨੌਕਰੀ ਲੱਭਣ ਲਈ ਆਏ ਹੁੰਦੇ ਨੇ ਤੇ ਕਹਿੰਦੇ ਨੇ ਸਾਨੂੰ ਇਸ ਦੀ ਲੋੜ ਹੈ ਕਿਉਂਕਿ ਉਸਨੇ ਕਾਲਜ ਦੇ ਵਿੱਚ ਫਸਟ ਡਿਵੀਜ਼ਨ ਦੇ ਵਿੱਚ ਆਪਣੀ ਪੜ੍ਹਾਈ ਪਾਸ ਕੀਤੀ ਸੀ ਤੇ ਅਜਿਹੇ ਬੱਚੇ ਦੇ ਲਈ ਨੌਕਰੀਆਂ ਕੋਈ ਛੋਟੀ ਗੱਲ ਨਹੀਂ ਸੀ, ਜਿਸ ਦੇ ਕਰਕੇ ਉਹ ਲੜਕੇ ਦੇ ਲਈ ਨੌਕਰੀ ਲੈਣ ਆਉਂਦੇ ਨੇ। ਤਾਂ ਜਦੋਂ ਹੀ ਉਹ ਘਰ ਆ ਕੇ ਦੇਖਦੀ ਹੈ ਤਾਂ ਉਸਦੇ ਲੜਕੇ ਨੂੰ 3 ਤੋਂ 4 ਨੌਕਰੀਆਂ ਮਿਲ ਜਾਂਦੀਆਂ ਨੇ ਤੇ ਫਿਰ ਉਹ ਪਰਮਾਤਮਾ ਦੇ ਵਿੱਚ ਵਿਸ਼ਵਾਸ ਕਰਨ ਲੱਗ ਜਾਂਦੀ ਹੈ ਕਿ ਹੇ ਪਰਮਾਤਮਾ, ਅਸੀਂ ਤੇਰੇ ਤੋਂ ਡੋਲ ਗਏ ਸੀ, ਅਸੀਂ ਤੇਰਾ ਨਾਮ ਲੈਣਾ ਭੁੱਲ ਗਏ ਸੀ,
ਸਾਨੂੰ ਇਹ ਲੱਗ ਰਿਹਾ ਸੀ ਕਿ ਤੂੰ ਸਾਡੀ ਨਹੀਂ ਸੁਣ ਰਿਹਾ, ਪਰ ਤੂੰ ਸਾਡੀ ਜ਼ਰੂਰ ਸੁਣ ਰਿਹਾ ਸੀ, ਜਿਸ ਦੇ ਕਰਕੇ ਅਸੀਂ ਤੇਰੇ ਤੋਂ ਸ਼ਮਾ ਮੰਗਦੇ ਹਾਂ। ਫਿਰ ਉਹ ਮਾਫ਼ੀਆਂ ਮੰਗਣ ਲੱਗ ਜਾਂਦੀ ਹੈ ਅਤੇ ਦੁਬਾਰਾ ਫਿਰ ਆਪਣਾ ਨਿਤਨੇਮ ਦਾ ਪਾਠ ਅਤੇ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੀ ਹੈ। ਸੋ ਦੋਸਤੋ, ਅੱਜ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ, ਅਤੇ ਇਹ ਵੀ ਜ਼ਰੂਰ ਦੱਸਿਓ ਕਿ ਤੁਸੀਂ ਵਾਹਿਗੁਰੂ ਦੇ ਵਿੱਚ ਕਿੰਨਾ ਕੁ ਵਿਸ਼ਵਾਸ ਕਰਦੇ ਹੋ। ਧੰਨਵਾਦ, ਰੱਬ ਰਾਖਾ।